ਬਿਸਮ ਅੱਲਾ ਰਹਿਮਾਨ ਰਹਿਮ ਮੁਹੰਮਦ ਅਮੀਨ। 7 ਤਰੀਕ 10ਵਾਂ ਮਹੀਨਾ 2024 ਪੀਰ ਦਾ ਦਿਨ। ਲਾ ਜੀ ਪੱਕਣ ਲੱਗੀ ਚਿਪਸ ਦੇ ਨਾਲ, ਕੱਲ੍ਹ ਪੱਕੇ ਸੀ ਆਲੂ ਵਾਲੇ ਨਾਲ। ਬੇਸਣ ਪਾਵਾਂਗੇ, ਮੈਦਾ ਪਾਵਾਂਗੇ, ਇਹਨੂੰ ਅੱਛੇ ਤਰੀਕੇ ਨਾਲ ਹੱਲ ਅਸੀਂ ਕਰਾਂਗੇ। ਇਸ ਕਰਕੇ ਕਿ 4 ਤੋਂ 5 ਸਾਲ ਹੋ ਗਏ ਨੇ, ਅੱਲਾ ਦਾ ਸ਼ੁਕਰ ਹੈ ਮੇਰੇ ਭੈਣ ਭਰਾਵਾਂ ਨੇ ਮੇਰੇ 'ਤੇ ਯਕੀਨ ਕੀਤਾ ਹੈ, ਇਤਮਾਦ ਕੀਤਾ ਹੈ, ਅੱਲਾ ਦੀ ਨੌਕਰੀ ਦੇ ਵਿੱਚ ਸ਼ਾਮਿਲ ਨੇ। ਅੱਗੇ ਨੇ ਅੰਜੀਰ ਲੱਗੀ ਹੈ, ਮਰੂਦ ਨਿੰਬੂ ਲੱਗੇ ਨੇ, ਇਸ ਸਾਈਡ ਦੇ ਮਾਸ਼ਾ ਅੱਲਾ ਅਮਰੂਦ ਲੱਗੇ ਨੇ। ਮਾਸ਼ਾਅੱਲਾ ਜੀ ਲੰਗਰ ਦੀ ਤਿਆਰੀ ਹੋ ਗਈ ਜੀ, ਕਿਆ ਕਰਾਂਗੇ। ਮਾਸ਼ਾਅੱਲਾ ਇਹ ਚੈਨਲ ਹੈ, ਇਹਨੂੰ ਲਾਈਕ ਸਬਸਕ੍ਰਾਈਬ ਕਰੋ। ਜੇ ਦੇਖੇ ਛੋਟੇ ਛੋਟੀਆਂ ਪੋਤਰੀਆਂ ਜਿਹੜੀਆਂ ਮੇਰੀਆਂ, ਲੰਗਰ ਖਾਣਾ ਆਪਣੇ, ਲੰਗਰ ਖਾਣਾ ਜੀ ਆਪ ਲੋਕੋ ਕੇ ਲੀਏ ਬੇਟਾ, ਚਲੋ ਖੁਸ਼ ਰਹੇ ਜੀ। ਬਿਸਮਿਲ੍ਲਾ ਰਹਿਮਾਨ ਰਹਿਮ ਮੁਹੰਮਦ ਅਮੀਨ। 7 ਤਰੀਕ 10ਵਾਂ ਮਹੀਨਾ 2024 ਪੀਰ ਦਾ ਦਿਨ। ਮਾਸ਼ਾਅੱਲਾ 7-5 ਸਾਲ ਤੋਂ ਹੋਸਪਿਟਲ ਦਾ ਲੰਗਰ ਪੱਕ ਰਿਹਾ ਹੈ। ਚੰਦ ਮੇਰੇ ਭੈਣ ਭਰਾ ਮੇਰੇ ਨਾਲ ਨੇ ਜਿਨ੍ਹਾਂ ਦੀ ਬਦੌਲਤ ਲੰਗਰ ਪੱਕਦਾ, ਅੱਲਾ ਦੀ ਜ਼ਾਤ ਸਭ ਨੂੰ ਬਹੁਤ ਦਿਆ ਜੀ, ਆਮੀਨ। ਤੇ ਅੱਜ ਮਾਸ਼ਾਅੱਲਾ ਜੀ ਪੱਕਣ ਲੱਗੀ ਚਿਪਸ ਦੇ ਨਾਲ, ਕੱਲ ਪੱਕੇ ਸੀ ਆਲੂ ਵਾਲੇ ਨਾਲ, ਤੇ ਪਰਸੋਂ ਪੱਕੇ ਸੀ ਪਕੌੜੇ ਦੇ ਨਾਲ। ਇਸੇ ਤਰ੍ਹਾਂ ਮੁਖਤਲਿਫ ਕਿਸਮ ਦੀਆਂ ਰੈਸਪੀਆਂ ਬਣਾਉਂਦੇ ਹਾਂ ਜੀ। ਅਗਰ ਕੋਈ ਮਜ਼ੀਦ ਇਸ ਲੰਗਰ 'ਚ ਸ਼ਾਮਿਲ ਹੋਣਾ ਚਾਹੁੰਦਾ ਤੇ ਵੈਲਕਮ, ਬਿਸਮਿਲ੍ਲਾ। ਅਗਰ ਮਾਲੀ ਅਮਦਾਦ ਨਹੀਂ ਕਰ ਸਕਦਾ, ਮੇਰਾ ਇੱਕ ਚੈਨਲ ਬਣਿਆ, ਉਹਨੂੰ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਤੁਸੀਂ ਵਿੱਚ ਸ਼ਾਮਿਲ ਹੋ ਸਕਦੇ ਹੋ। ਅੱਛਾ ਜੀ, ਛੱਤ ਤੇ ਚੱਲਦੇ ਹਾਂ, ਮਾਨੇ ਨੂੰ ਥੱਲੇ ਛੱਡ ਕੇ ਆਉਂਦੇ ਹਾਂ ਜੀ, ਉੱਪਰ ਜਾ ਕੇ ਤਿਆਰੀ ਕਰੀਏ ਲੰਗਰ ਦੀ ਜੀ। ਅੱਲਾ ਖੈਰ ਜੀ, ਆਮੀਨ। ਨਾਲ ਥੋੜ੍ਹਾ ਜਿਹਾ ਬਣਾਉਣਾ ਪੈ ਗਿਆ, ਵੀਡੀਓ ਬੰਦ ਹੋ ਗਈ ਸੀ। ਬੇਸਣ ਪਾਵਾਂਗੇ, ਮੈਦਾ ਪਾਵਾਂਗੇ, ਇਹਨੂੰ ਅੱਛੇ ਤਰੀਕੇ ਨਾਲ ਹੱਲ ਅਸੀਂ ਕਰਾਂਗੇ। ਮਾਸ਼ਾਅੱਲਾ 200-250 ਬੰਦੇ ਦਾ ਲੰਗਰ ਹੁੰਦਾ ਜੀ, ਜ਼ਾਹਰ ਮਾਲ ਉਸ ਹਿਸਾਬ ਨਾਲ ਬਣਾਉਣਾ ਪੈਂਦਾ ਹੈ। ਮਾਸ਼ਾਅੱਲਾ ਜੀ ਕੱਲ੍ਹ ਬਣਾਏ ਸੀ ਆਲੂ ਵਾਲੇ ਨਾਨ, ਅਤੇ ਪਰਸੋਂ ਬਣਾਇਆ ਸੀ ਜੀ ਅਸੀਂ ਪਕੌੜੇ ਨਾਨ, ਅੱਜ ਬਣਦਾ ਪਿਆ ਜੀ ਚਿਪਸ ਨਾਨ। ਬਸ ਗੱਲ ਇਹੋ ਹੀ ਹੈ ਕਿ ਅੱਲਾ ਦੀ ਜ਼ਾਤ ਸਾਡਾ ਕਬੂਲ ਕਰੇ, ਜਿੰਨੇ ਮੇਰੇ ਭੈਣ ਭਰਾ ਇਸ ਲੰਗਰ 'ਚ ਸ਼ਾਮਿਲ ਨੇ, ਅੱਲਾ ਦੀ ਜ਼ਾਤ ਉਹਨਾਂ ਨੂੰ ਕਿਸੇ ਚੀਜ਼ ਦੀ ਥੋੜ੍ਹ ਨਾ ਆਏ, ਅੱਲਾ ਤਾਲਾ ਉਹਨਾਂ ਨੂੰ ਇੰਨਾ ਕੁ ਦੇ ਕੇ ਕਿਸੇ ਚੀਜ਼ ਦੀ ਥੋੜ੍ਹ ਨਾ ਆਏ, ਜਿਹੜੇ ਨਾਲ ਨਹੀਂ ਅੱਲਾ ਤਾਲਾ ਉਹਨਾਂ ਨੂੰ ਤੋਫੀਕ ਦੇ। ਇਸ ਕਰਕੇ ਕਿ 4 ਤੋਂ 5 ਸਾਲ ਹੋ ਗਏ ਨੇ, ਅੱਲਾ ਦਾ ਸ਼ੁਕਰ ਹੈ ਮੇਰੇ ਭੈਣ ਭਰਾਵਾਂ ਨੇ ਮੇਰੇ 'ਤੇ ਯਕੀਨ ਕੀਤਾ ਹੈ, ਇਤਮਾਦ ਕੀਤਾ ਹੈ, ਅੱਲਾ ਦੀ ਨੌਕਰੀ ਦੇ ਵਿੱਚ ਸ਼ਾਮਿਲ ਨੇ। ਇਨਸਾਨ ਮਾਸ਼ਾਅੱਲਾ ਜੀ ਚਿਪਸ ਤਿਆਰ ਹੋ ਗਈ ਹੈ, ਨਾਨ ਵੀ ਆ ਗਏ ਨੇ ਥੱਲੇ, ਦੂਸਰਾ ਬੂਟਿਆਂ ਨੂੰ ਜ਼ਰਾ ਪਾਣੀ ਲਾ ਲਈਏ। ਮਾਸ਼ਾਅੱਲਾ ਜੀ ਅਨਾਰ ਲੱਗੇ ਨੇ, ਅੰਜੀਰ ਲੱਗੀ ਹੈ, ਮਰੂਦ ਨਿੰਬੂ ਲੱਗੇ ਨੇ, ਇਸ ਸਾਈਡ ਦੇ ਮਾਸ਼ਾਅੱਲਾ ਅਮਰੂਦ ਲੱਗੇ ਨੇ, ਇਹ ਵੀ ਮਰੂਦਾਂ ਦਾ ਬੂਟਾ ਹੈ। ਮੈਸੇਜ ਇਹੋ ਹੀ ਹੈ, ਇਸ ਲੰਗਰ 'ਚ ਸ਼ਾਮਿਲ ਹੋ ਜਾਓ, ਅੱਲਾ ਤਾਲਾ ਨੇ ਮੌਕਾ ਦਿੱਤਾ ਹੈ। ਇਨਸਾਨ ਜਿਹੜਾ ਆਇਆ ਉਹਨੇ ਇੱਕ ਨਾ ਇੱਕ ਦਿਨ ਜਾਣਾ, ਜੋ ਮਰਜ਼ੀ ਕਰ ਲਓ ਜਾਣਾ, ਹਰ ਕਿਸੇ ਨੂੰ ਪਤਾ। ਅੱਲਾ ਨੇ ਸਾਨੂੰ ਇੱਕ ਅੱਲਾ ਦੇ ਰਾਹ ਦਾ ਕੰਮ ਦਾ ਮੌਕਾ ਦਿੱਤਾ, ਇਹਦੇ 'ਚ ਸ਼ਾਮਿਲ ਹੋਵੋ। ਮੈਂ ਨਹੀਂ ਕਹਿੰਦਾ ਤੁਸੀਂ ਮੈਨੂੰ ਪੈਸੇ ਦਿਓ, ਮਗਰ ਜਿਹੜਾ ਦਿਲ ਕਰਦਾ ਉਹ ਆਪਣੀ ਮਰਜ਼ੀ ਕਰੇ,
ਲੰਗਰ ਚ ਸ਼ਾਮਿਲ ਹੋਣ ਵਾਸਤੇ ਕਿਸੇ ਚੀਜ਼ ਦੀ ਕੋਈ ਪਾਬੰਦੀ ਨਹੀਂ। ਮੈਂ ਡਿਊਟੀ ਦੇ ਰਿਹਾ, ਤੁਸੀਂ ਵੀ ਆਪਣੀ ਡਿਊਟੀ ਦਿਓ। ਮਾਸ਼ਾਅੱਲਾ ਅਸਰ ਵੀ ਵੀਡੀਓ ਸ਼ੂਟਿਓ ਬਣਾ ਲੈਂਦਾ, ਇਹਦੇ ਨਾਲ ਨਾਲ ਚੈਨਲ ਬਣਾਇਆ ਦੇਸੀ ਕਿਚਨ ਵਿਦ ਅਮੀਨ, ਉਹਦੇ 'ਚ ਮੁਖਤਲਿਫ ਕਿਸਮ ਦੇ ਖਾਣੇ ਦੇਈਦੇ ਨੇ, ਉਹਨਾਂ ਨੂੰ ਵੀ ਦੇਖਿਆ ਕਰੋ। ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਯੂਟਿਊਬ ਤੋਂ ਵੀ ਪੈਸੇ ਆ ਜਾਣ ਅਤੇ ਸਾਡਾ ਲੰਗਰ ਵੱਜੇ। 4 ਸਾਲ ਹੋ ਗਏ ਨੇ ਅਜੇ ਤੱਕ ਯੂਟਿਊਬ ਤੋਂ ਵੀ ਕੋਈ ਪੈਸਾ ਨਹੀਂ ਆਇਆ। ਇਹ ਸਿਰਫ ਕਿ ਮੇਰੇ ਭੈਣ ਭਰਾ ਜਿਹੜੇ ਚੰਦ ਨੇ ਉਹ ਵੀਡੀਓ ਵੇਖਦੇ ਨੇ, ਬਾਕੀ ਤੁਹਾਨੂੰ ਪਤਾ ਜਿੱਦਾਂ ਦਾ ਦੌਰ ਹੈ ਅੱਜ ਕੱਲ੍ਹ ਕੀ ਲੋਕ ਪਸੰਦ ਕਰਦੇ ਨੇ। ਸਾਡੇ ਕੋਲ ਤਾਂ ਇਹੋ ਹੀ ਹੈ ਕਿ ਜਿਹੜਾ ਲੰਗਰ ਹੈ ਅਸੀਂ ਇਹੋ ਹੀ ਦਿਖਾ ਸਕਦੇ ਜਾਂ ਦੁਆ ਦੇ ਸਕਦੇ। ਅੱਲਾਹ ਤਾਲਾ ਤੁਹਾਡੇ ਲਈ ਆਸਾਨੀਆਂ ਪੈਦਾ ਕਰੇ, ਅੱਲਾਹ ਦੀ ਜ਼ਾਤ ਸਾਡੇ ਮੁਲਕ ਦੇ ਹਾਲਾਤ ਅੱਛੇ ਕਰੇ, ਅੱਲਾਹ ਦੀ ਜ਼ਾਤ ਤੁਹਾਡੇ ਬੀਵੀ ਬੱਚੇ ਭੈਣ ਭਰਾ ਬੱਚਿਆਂ ਨੂੰ ਤੰਦਰੁਸਤੀ ਸਿਹਤ ਦੇਵੇ, ਅੱਲਾਹ ਤਾਲਾ ਸਾਨੂੰ ਵੀ ਸਿਹਤ ਦੇਵੇ ਅਤੇ ਅਸੀਂ ਇਸ ਲੰਗਰ ਨੂੰ ਜਿੰਨੀ ਦੇਰ ਮੇਰੀ ਜ਼ਿੰਦਗੀ ਹੈ ਇਸ ਲੰਗਰ ਨੂੰ ਅਸੀਂ ਇਮਾਨਦਾਰੀ ਨਾਲ ਚਲਾਉਂਦੇ ਰਹੀਏ। ਅੱਲਾਹ ਖੈਰ ਜੀ, ਆਮੀਨ। ਘੋੜੇ ਕੱਢਾਂਗੇ ਜੀ ਇਨਸ਼ਾਅੱਲਾ ਅਗਲੇ ਹਫ਼ਤੇ ਨੂੰ। ਪ੍ਰੋਗਰਾਮ ਹੈ ਸਬਜ਼ੀਆਂ ਅਤੇ ਰੋਟੀ। ਜ਼ਿੰਦਗੀ ਹੋਣੀ ਚਾਹੀਦੀ, ਤੰਦਰੁਸਤੀ ਹੋਣੀ ਚਾਹੀਦੀ, ਸਿਹਤ ਹੋਣੀ ਚਾਹੀਦੀ ਹੈ। ਤੁਸੀਂ ਮੇਰੇ ਭੈਣ ਭਰਾ ਮੇਰੇ ਲਈ ਇਹੋ ਹੀ ਦੁਆ ਕਰੋ ਕਿ ਬਸ ਜਿਹੜੀ ਮੈਂ ਡਿਊਟੀ ਦੇ ਰਿਹਾ ਬਸ ਅੱਲਾਹ ਤਾਲਾ ਸਾਡੀ ਇਹ ਕਬੂਲ ਕਰ ਲਏ ਜੀ। ਮਾਸ਼ਾਅੱਲਾ ਚਿੱਪਸ ਦਾ ਕਲਰ ਵੀ ਬੜਾ ਪਿਆਰਾ ਹੈ। ਮਾਸ਼ਾਅੱਲਾ ਜੀ ਪੈਕਿੰਗ ਸ਼ੁਰੂ ਹੋ ਗਈ ਹੈ ਜੀ। ਅਸਰ ਹੁਣ ਨਾਸ਼ਤਾ ਕਰੇਗਾ ਅਤੇ ਲੰਗਰ ਲਗਾਉਂਦੇ ਹਾਂ ਜੀ। ਅਮੀਰ ਰੱਖੇ ਵਾਲਾ ਆਇਆ ਲੰਗਰ, ਨਵਾਂ ਲੰਗਰ ਆਇਆ ਵੀ ਆਇਆ ਬਾਹਰ ਆ ਗਏ ਲੰਗਰ, ਨਵਾਂ ਲੰਗਰ ਅਮੀਰ ਰੱਖੇ ਵਾਲਾ ਆਇਆ ਲੰਗਰ ਲਵਾ ਬਾਈ ਆਣਿਆ ਇੱਕ ਪੈਕਟ ਵੱਡੀ ਜਾ ਕੇ ਕਰਕੇ ਇੱਥੇ ਨਾਲ ਲੈਣ ਲਵਾਓ ਇੱਕ ਇੱਕ ਪੈਕਟ ਸ਼ੁਰੂ ਕਰੋ ਸ਼ੁਰੂ ਕਰੋ ਨਾਲ ਹੋ ਜਾ ਪੰਜ ਥੋੜ੍ਹਾ ਥੋੜ੍ਹਾ ਨਾਲ ਹੋ ਜਾ ਰੱਖਣਾ ਛੱਡ ਦਿਓ। ਚਲੋ 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 ਦੇਈ ਜਾ ਦੇਈ ਜਾ ਦੇਈ ਜਾ ਸ਼ਾਬਾਸ਼। ਮਾਸ਼ਾਅੱਲਾ ਜੀ ਅੱਜ ਐਤਵਾਰ, ਅੱਲਾਹ ਤਾਲਾ ਸਭ ਦੀ ਖੈਰ ਕਰੇ ਜੀ, ਮੁਸ਼ਕਿਲਾਂ ਪਰੇਸ਼ਾਨੀਆਂ ਦੂਰ ਕਰੇ। ਨਾਲ ਹੋ ਜਾਓ ਬੇਟਾ, ਆਪਣੇ ਲੰਗਰ ਲੈਣਾ ਤਲਾਵ ਆ ਕੇ ਆਓ, ਆ ਜਾਓ ਆਓ ਇੱਧਰ ਆਓ। ਮਾਸ਼ਾਅੱਲਾ ਜੀ ਛੋਟੇ ਛੋਟੇ ਬੱਚੇ ਬਾਬਾ ਪੈਕਟ ਬਣਾਈ ਯਾਰ, ਆਹ ਦੋ ਪੈਕਟ ਬਣਾ ਦੇ, ਦੋ ਬਣਾ ਦੇ, ਇੱਕ ਹੋਰ ਲਓ ਜੀ। ਸਾਡੇ ਚੈਨਲ ਨੂੰ ਲਾਈਕ ਵੀ ਕਰਨਾ ਜੀ ਬਾਬਾ ਜੀ, ਦੇਸੀ ਕਿਚਨ ਵੀ ਜ਼ਮੀਨ। ਜੇ ਦੇਖੇ ਛੋਟੇ ਛੋਟੀਆਂ ਪੋਤਰੀਆਂ ਜਿਹੜੀਆਂ ਮੇਰੀਆਂ, ਲੰਗਰ ਖਾਣਾ ਆਪਣੇ, ਲੰਗਰ ਖਾਣਾ ਆਪ ਲੋਕੋ ਕੇ ਲੀਏ ਬੇਟਾ, ਚਲੋ ਖੁਸ਼ ਰਹੇ ਜੀ।